ਇਹ ਕੰਮ ਕਰਦੇ ਆ ਦੇ ਕੋਠੇ ਚ ਨਾ ਗੱਟਾ ਪਿਆ ਦਿੱਤੀ ਉਹ ਗੱਟਾ ਚੱਕਦਾ ਸੀ ਬਸ ਉਹਦੇ ਥੱਲੇ ਬੈਠਾ ਸੀ ਸਾਪੀ ਉਹਨੇ ਡੰਗ ਮਾਰਿਆ ਨਾ ਇਹ ਜਿਵੇਂ ਤੇਰੇ ਸਰੀਰ ਤੇ ਛਪਿਆ ਸੱਪ ਇਹੋ ਜਿਹਾ ਸੀ ਬਿਲਕੁਲ ਹਾਂ ਬਿਲਕੁਲ ਐਸੀ ਤੈਨੂੰ ਉਹਦੀ ਪਤਾ ਲੱਗ ਗਿਆ ਸੀ ਹਾਂਜੀ ਹਾਂ ਉਹਦੀ ਪਤਾ ਸਰੇਆਮ ਪਤਾ ਲੱਗ ਗਿਆ ਫਿਰ ਇਹ ਸਰੀਰ ਐ ਕਿਦੋਂ ਹੋਣ ਲੱਗਿਆ ਬੀਜਾ ਮੈਨੂੰ ਕੋਈ ਬੰਦਾ ਦਿਓ ਕਿ ਵਿਚਾਰਾ ਕਿਵੇਂ ਜਾਵੇ ਜੀ ਕੰਮ ਤੇ ਇਹ ਤਾਂ ਵਿਚਾਰੇ ਦੇ 4 ਸਾਲੇ ਹੋ ਜਾਂਦੇ 4 ਫੁੱਟ ਜਾਂਦੇ ਬੁਰਾ ਹਾਲ ਹੋ ਰਿਹਾ ਤਾਂ ਤੇ ਉਹਨੇ ਕੋਈ ਮਦਦ ਵੀ ਨਹੀਂ ਕਰੀ ਕੁਛ ਨਹੀਂ ਕਰਿਆ ਜੀ ਉਹਨੇ ਕਮਾਉਣ ਵਾਲਾ ਕੌਣ ਹੈ ਘਰ 'ਚ ਫਿਰ ਗੁਜ਼ਾਰਾ ਕਿਵੇਂ ਹਾਂ ਜੀ ਕੋਈ ਨਹੀਂ ਹੈਗਾ ਜੀ ਮੇਰੀ ਪੈਨਸ਼ਨ ਆਉਂਦੀ ਹੈ ਬਸ ਨਰਮਾ ਚੁੱਕ ਲੈਣੇ ਜੀ ਨਰਮਾ ਚੁੱਕ ਕੇ ਹੁਣ ਕੁਛ ਦੇ ਉੱਤੇ ਲੱਗ ਜਾਂਦੇ ਨੇ ਤੰਗ ਕਰਦੇ ਜੀ ਇਹਨੂੰ ਰੋਜ਼ ਕਹਿੰਦਾ ਵੀ ਆ ਜਾ ਭਾਈ ਕੰਮ ਤੇ ਆ ਇਹ ਕਹਿੰਦੇ ਵੀ ਮੇਰੇ ਕੋਲ ਜਾ ਨਹੀਂ ਜਾਂਦਾ ਕਹਿੰਦਾ ਵੀ ਤੇ ਆਪਾਂ ਤੇਰੇ ਲੜੇ ਮੇਰੇ ਲੜੇ ਮੈਂ ਮੇਰਾ ਹੁਣ ਪੈਸੇ ਵੀ ਗਏ ਜਦ ਕੋਈ ਪੈਸਿਆਂ ਦਾ ਹੱਲ ਕਰੋ ਵੀ ਜਾ ਮੈਨੂੰ ਕੋਈ ਬੰਦਾ ਦਿਓ ਵੀ ਵਿਚਾਰਾ ਕਿਵੇਂ ਜਾਵੇ ਜੀ ਕੰਮ ਤੇ ਇਹ ਤਾਂ ਵਿਚਾਰੇ ਦੇ 4 ਸਾਲੇ ਹੋ ਜਾਂਦੇ 4 ਫੁੱਟ ਜਾਂਦੇ ਬੁਰਾ ਹਾਲ ਹੋ ਰਿਹਾ ਇਹਦਾ ਤਾਂ ਤੇ ਉਹਨੇ ਕੋਈ ਮਦਦ ਵੀ ਨਹੀਂ ਕਰੀ ਕੁਛ ਨਹੀਂ ਕਰਿਆ ਜੀ ਉਹਨੇ ਸਮਝ ਇਹਨੇ ਕਿਹਾ ਤੇ ਮੇਰਾ 40-45 ਹਜ਼ਾਰ ਲੱਗ ਗਿਆ ਕਹਿੰਦਾ ਭਾਈ ਮੈਂ ਕੀ ਕਰਾਂ ਚੁੱਪ ਕਰਕੇ ਮੁੜ ਗਿਆ ਜੀ ਗੱਲ ਸੁਣ ਕੇ ਅੱਛਾ ਕਿਵੇਂ ਹੋਇਆ ਤੁਹਾਡਾ ਸਰੀਰ ਸੱਪ ਵਰਗਾ ਬਣਦਾ ਜਾ ਰਿਹਾ ਕੀ ਹੈ ਇਹ ਜੀ ਖੇਤ 'ਚ ਕੰਮ ਕਰਦਾ ਤੇ ਜ਼ਿਮੀਂਦਾਰ ਦੇ ਉੱਥੇ ਬਸ ਖੇਤ 'ਚ ਕੰਮ ਕਰਦੇ ਆ ਦੇ ਕੋਠੇ 'ਚ ਨਾ ਗੱਟਾ ਪਿਆ ਦਿੱਕੀ ਉਹ ਗੱਟਾ ਚੱਕਦਾ ਸੀ ਬਸ ਉਹਦੇ ਥੱਲੇ ਬੈਠਾ ਸੀ ਸਾਪੀ ਉਹਨੇ ਡੰਗ ਮਾਰਿਆ ਨਾ ਜਦੋਂ ਬਾਅਦ ਸਰਕਾਰੀ ਹਸਪੀਟਲ ਇਲਾਜ ਹੋ ਗਿਆ ਸੀਗਾ ਇਦੋਂ 2 ਦਿਨ ਬਾਅਦ ਫਿਰ ਛਾਲੇ ਉੱਠਣੇ ਸ਼ੁਰੂ ਹੋ ਗਏ 3 ਮਹੀਨੇ ਹੋ ਗਏ ਇਲਾਜ ਬਹੁਤ ਕਰਾਇਆ ਜੀ ਇਲਾਜ ਨਹੀਂ ਹੋ ਰਿਹਾ ਕਿਸੇ ਵੀ ਪੈਸੇ ਬਹੁਤ ਲਾ ਚੁੱਕੇ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਹੁਣ ਡਾਕਟਰ ਕੁਛ ਨਹੀਂ ਕਹਿੰਦੇ ਦਵਾਈਆਂ ਦੇ ਦਿੰਦੇ ਨੇ ਖਾ ਲੈਣੇ ਜੀ ਇਲਾਜ ਨਹੀਂ ਹੋ ਰਿਹਾ ਪਰ ਸਹੀ ਇਹ ਜਿਵੇਂ ਤੇਰੇ ਸਰੀਰ ਤੇ ਛਪਿਆ ਸੱਪ ਇਹੋ ਜਿਹਾ ਸੀ ਬਿਲਕੁਲ ਹਾਂ ਬਿਲਕੁਲ ਐਸੀ ਸੀ ਤੈਨੂੰ ਉਹਦੀ ਪਤਾ ਲੱਗ ਗਿਆ ਸੀ ਹਾਂਜੀ ਹਾਂ ਉਹਦੀ ਪਤਾ ਸਰੇਆਮ ਪਤਾ ਲੱਗ ਗਿਆ ਜੀ ਫਿਰ ਇਹ ਸਰੀਰ ਐਂ ਕਿਦੋਂ ਹੋਣ ਲੱਗਿਆ ਇਹ ਸਰਕਾਰੀ ਹਸਪੀਟਲ ਤੋਂ 2 ਦਿਨ ਉੱਥੇ ਰੱਖਿਆ ਜੀ ਉਦੋਂ ਬਾਅਦ ਛੁੱਟੀ ਦਿੱਤੀ ਦੂਸਰੇ ਦਿਨ ਉੱਠ ਕੇ ਚੱਲੇ ਜੀ ਉਦੋਂ ਤੋਂ ਹੋ ਰਹੇ ਨੇ ਫਿਰ ਉਹਨਾਂ ਡਾਕਟਰਾਂ ਕੋਲ ਦੁਬਾਰਾ ਨਹੀਂ ਗਏ ਤੁਸੀਂ ਦੁਬਾਰਾ ਗਏ ਸੀ ਉਹ ਕਹਿੰਦੇ ਵੀ ਪ੍ਰਾਈਵੇਟ ਚਾਮੜੀ ਦਾ ਹਸਪੀਟਲ 'ਚ ਦਿਖਾਓ ਉੱਥੇ ਦਿਖਾਇਆ ਜੀ ਉੱਥੇ ਨਹੀਂ ਕੋਈ ਇਲਾਜ ਮਿਲਿਆ ਜੀ ਕਿਹੜੇ ਹਸਪੀਟਲ ਡਾਕਟਰ ਨੇ ਕਿਹਾ ਇਹ ਗੱਲ ਇਹ ਪਾਵਰ ਵਾਲਾ ਜੀ ਇੱਥੇ ਆਪਣੇ ਟਹਾਣੇ ਜੀ ਸਰਕਾਰੀ ਵਾਲੇ ਨੇ ਹਾਂਜੀ ਇਹ ਸਰਕਾਰੀ ਵਾਲੇ ਨੇ ਕਿਹਾ ਜੀ ਵੀ ਉੱਥੇ ਦਿਖਾਓ ਪ੍ਰਾਈਵੇਟ ਹੁਣ ਕਿਤੇ ਮਦਦ ਕਿਸੇ ਨੇ ਮਦਦ ਕੀਤੀ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਹਲੇ ਤੱਕ ਮਤਲਬ ਕੀ ਮੁੰਡੇ ਨੂੰ ਕੀ ਹੋਇਆ ਕਿੰਨੀ ਕੁ ਤਕਲੀਫ ਹੈ ਕੀ ਕਹੋਗੇ ਬੇਟਾ ਤਕਲੀਫ ਬਾਬਾ ਇਹਨੂੰ ਨਾ ਬਹੁਤ ਜ਼ਿਆਦਾ ਹੈ ਜੀ ਹਾਂ ਅਸੀਂ ਨਾ ਸਵੇਰੇ ਸਵੇਰੇ ਉੱਠੇ 5 ਵਜੇ ਇਹਦੀ ਧੜਕਣ ਵੱਧ ਗਈ ਅੱਖਾਂ ਤੋਂ ਦਿਸਣੋਂ ਹਟ ਗਿਆ ਤੇ ਮੁੜ ਕੇ ਡਾਕਟਰ ਨੂੰ ਦਿਖਾਇਆ ਵੀ ਇਹਦੀ ਮਾਰੇ ਦੀ ਧੜਕਣ ਵਧਣ ਲੱਗ ਗਈ ਬੀਪੀ ਕੰਟਰੋਲ ਨਹੀਂ ਹੁੰਦਾ ਹੈਗਾ ਵੀ ਇਹ ਜਿਹੜੀ ਤਕਲੀਫ ਹੈ ਇਹਦੀ ਮਾਰ ਹੁੰਦੇ ਨੇ ਸਾਰਾ ਕੁਛ ਤੈਨੂੰ ਬੇਟੇ ਜਦੋਂ ਸੱਪ ਲੜਿਆ ਬੇਟੇ ਨੇ ਫੋਨ ਕਰਿਆ ਸੀ ਹਾਂਜੀ ਫੋਨ ਨਾ ਜੀ ਹੋਰ ਨੇ ਕਰਿਆ ਸੀ ਇਹਨੂੰ ਤਾਂ ਬੇਹੋਸ਼ ਹੋ ਗਿਆ ਸੀ ਇਹ ਫਿਰ ਸਰਕਾਰ ਉਹ ਹਸਪਤਾਲ 'ਚ ਲੈ ਗਏ ਜਾਖਲ ਉੱਥੋਂ ਜੀ ਉਹਨਾਂ ਨੇ ਟੀਕੇ ਟੂਕੇ ਲਾ ਤੇ ਬੋਤਲਾਂ ਲਾ ਤੀਆਂ 3 ਦਿਨ ਜੀ ਇਹਦੇ ਆ ਸ਼ੁਰੂ ਹੋ ਗਏ ਸਾਰੇ ਜ਼ਖਮ ਹੋਣ ਲੱਗ ਗਏ ਹੁਣ ਜੀ ਤਾਂ ਛਾਤੀ ਤੱਕ ਵੱਗ ਗਏ ਇਹ ਲੱਤ ਤੋਂ ਲਾ ਕੇ ਜੀ ਪੈਰਾਂ ਤੋਂ ਜਿਸ ਜ਼ਿਮੀਂਦਾਰ ਨਾਲ ਰਹਿੰਦੇ ਸੀ ਫਿਰ ਉਹਦੇ ਕੋਲ ਤੁਸੀਂ ਦੁਬਾਰਾ ਗਏ ਨਹੀਂ ਵੀ ਸਾਡੇ ਮੁੰਡੇ ਦਾ ਇਲਾਜ ਕਰਾਓ ਗਏ ਤੇ ਜੀ ਬਸ ਉਹਨੇ ਇੱਕ ਵਾਰੀ ਆਮ ਜਿਹੇ ਡਾਕਟਰ ਨੇ ਆਪਣੇ ਜਾਖੜ ਉਹਨਾਂ ਦੇ ਵੀ ਲੈ ਗਏ ਜੀ ਉਹਨਾਂ ਨੇ ਮੁੜ ਕੇ ਦੇਖੀ ਬਸ ਉੱਥੋਂ ਦਵਾਈ ਜੀ ਦਵਾ ਕੇ ਟੀਕੇ ਲਵਾ ਕੇ ਮੋੜ ਦਿਆ ਕਰਨ ਜੀ ਮੁੜ ਕੇ ਜੀ ਅਸੀਂ ਪਵਾਂ ਭੁੱਖੇ ਰਹੀਏ ਤੇ ਹਾਏ ਰਹੀਏ ਉਹਨਾਂ ਨੇ ਸਾਡੀ ਖਬਰ ਨਹੀਂ ਲੈਤੀ ਜੀ ਕੌਣ ਹੈ ਮਤ 3-2 ਸਾਲ ਹੋਏ ਨੇ ਜੀ ਵਿਆਹੀ ਨੂੰ ਮੇਰੇ ਕੋਲ ਮੁੰਡੇ ਨੂੰ ਕਮਾਉਣ ਵਾਲਾ ਕੌਣ ਹੈ ਘਰ 'ਚ ਫਿਰ ਗੁਜ਼ਾਰਾ ਕਿਵੇਂ ਹਾਂ ਜੀ ਕੋਈ ਨਹੀਂ ਹੈਗਾ ਜੀ ਮੇਰੀ ਪੈਨਸ਼ਨ ਆਉਂਦੀ ਹੈ ਬਸ ਨਰਮਾ ਚੁੱਕ ਲੈਣੇ ਜੀ ਨਰਮਾ ਚੁੱਕ ਕੇ ਹੁਣ ਕੁਛ ਦੇ ਉੱਤੇ ਲੱਗ ਜਾਂਦੇ ਨੇ ਦੂਰ ਦੂਰ ਜਾਂਦੇ ਆ ਜੀ ਨਰਮਾ ਚੁੱਕਣ ਬਸ ਇਹਦੀ ਕਬੀਲਦਾਰੀ ਕੋ ਖਾਣ ਪੀਣ ਨੂੰ ਦੇ ਦੇਣੇ ਉਹਨਾਂ ਨੇ ਜੀ ਮੁੜ ਕੇ ਐ ਨਹੀਂ ਕਿਹਾ ਵੀ ਤੁਸੀਂ ਭੁੱਖੇ ਹੋ ਕਿਤੇ ਹੈ ਉਹ ਸਾਡੇ ਖੇਤ 'ਚ ਆਹ ਕੰਮ ਬਣਿਆ ਜੀ ਝੋਨਾ ਲਾਉਣਾ ਤੀ ਜੀ ਉਹ ਮੋਟਰ 'ਚ ਇਹ ਜਦੋਂ ਗੱਟਾ ਚੱਕਦਾ ਤੀ ਬਸ ਉੱਥੇ ਕਿਤੇ ਬੈਠਿਆ ਤੀ
ਸਾਨੂੰ ਐ ਹੋ ਗਿਆ ਵੀ ਮੈਨੂੰ ਛੇੜਤਾ ਨਹੀਂ ਆ ਕੇ ਬਸ ਇੱਕ ਲਗਤਾ ਚੱਕ ਕੇ ਫਾਣ ਡੰਗ ਮਾਰਿਆ ਜੀ ਦੀ ਤੁਹਾਡੀ ਕਿਸੇ ਨੇ ਮਦਦ ਵੀ ਕਰੀ ਹੈ ਨਾ ਜੀ ਮਦਦ ਸਾਡੀ ਕਿਸੇ ਨੇ ਨਹੀਂ ਕਰੀ ਜੀ